ਲਓ ਜੀ ਦੋਸਤੋ, ਇਹ ਗੁੱਜਰ ਬਰਾਦਰੀ ਆ ਰਹੀ ਹੈ ਅਤੇ ਗੁੱਜਰ ਬਰਾਦਰੀ ਹੈਗੇ ਹੁਸ਼ਿਆਰਪੁਰ ਦੇ, ਆਪਣੇ ਮਾਲ ਦੇ ਨਾਲੇ ਪਤਾ ਨਹੀਂ ਕਦੋਂ ਤੋਂ ਉਤਰੇ ਆ ਤਿੱਬਤ ਦੇ ਪਹਾੜਾਂ ਵਾਲੀ ਸਾਈਡ ਤੋਂ, ਅਤੇ ਇਹਨਾਂ ਨੇ ਹੁਣ ਜਾਣਾ ਨਾਲ ਦੇ ਚੱਕ 'ਚ ਸਾਡੇ। ਇਹ ਲਓ ਮੇਰੇ ਕੋਲੋਂ ਦੀ ਲੰਘ ਰਿਹਾ, ਬੱਕਰੀਆਂ ਦੇਖ ਲਓ, ਇਹ ਬੱਕਰੀਆਂ ਦੀਆਂ ਨਸਲਾਂ ਉਹੀ ਆ ਜਿਹੜੀਆਂ ਹੁਸ਼ਿਆਰਪੁਰ ਦੇ ਮੈਦਾਨਾਂ 'ਚ ਅਤੇ ਊਨੇ ਦੀਆਂ ਪਹਾੜੀਆਂ 'ਚ ਚੱਲਦੀਆਂ ਫਿਰਦੀਆਂ ਹੁੰਦੀਆਂ ਸੀ, ਕਦੀ ਉਹੀ ਨਸਲਾਂ ਇੱਥੇ ਲੈ ਕੇ ਆਏ, ਇੱਥੇ ਇੱਦਾਂ ਦੀਆਂ ਬੱਕਰੀਆਂ ਕਿੱਥੇ ਹੁੰਦੀਆਂ ਸੀ। ਚੌਹਾਨ ਸਾਹਿਬ ਕੀ ਨਾਂ ਆਪਣਾ? ਮੇਰਾ ਨਾਮ ਮੁਹੰਮਦ ਇਰਸ਼ਾਦ। ਮੁਹੰਮਦ ਇਰਸ਼ਾਦ, ਹਾਂਜੀ, ਮੁਹੰਮਦ ਬੂਟਾ। ਠੀਕ ਹੈ, ਠੀਕ ਹੈ। ਅਤੇ ਜਨਾਬ ਆਪਣਾ ਰਿਹਾਇਸ਼ ਕਿੱਥੇ ਹੈ? 297 ਵਕੀਲ ਵਾਲੇ। ਅੱਛਾ, 297 ਜਾ ਬਜ਼ੁਰਗ ਕਿਹੜੇ ਇਲਾਕੇ ਦੇ? ਆਪਣੇ ਇੰਡੀਆ ਚੋਂ? ਹੁਸ਼ਿਆਰਪੁਰ। ਹੁਸ਼ਿਆਰਪੁਰ ਦੇ ਆ? ਹੁਸ਼ਿਆਰਪੁਰ 'ਚ ਕਿਹੜਾ ਪਿੰਡ ਸੀ, ਕੋਈ ਪਤਾ? ਪਿੰਡ ਦਾ ਨਹੀਂ ਪਤਾ। ਆਹ ਤਾਂ ਕੋਈ ਗੱਲ ਨਾ ਹੋਈ, ਸੋਰੀ। ਹੈਂ, ਸਾਰੀਆਂ ਨਿਸ਼ਾਨੀਆਂ ਹੁਸ਼ਿਆਰਪੁਰ ਦੀਆਂ ਲਈ ਫਿਰਦੇ ਆ ਤੇ ਹੁਸ਼ਿਆਰਪੁਰ ਦੇ ਪਿੰਡ ਦਾ ਪਤਾ ਕੋਈ ਨਹੀਂ। ਤੇ ਵਾਲ ਸਾਹਿਬ ਦਾ ਕੀ ਨਾਂ? ਨੂਰ ਲਾਈ। ਨੂਰ ਲਾਈ, ਜਲੰਧਰ ਪਿੰਡ ਸੀ। ਆਹ ਇੱਕ ਬੰਦਾ ਜਲੰਧਰ ਕਹਿੰਦਾ। ਆ ਜਾਓ ਜੀ ਫਿਰ, ਖੜਾ ਹੋ, ਆ ਜਾਓ ਜੀ, ਆ ਜਾਓ ਫਿਰ। ਜਲੰਧਰ ਵਾਲੇ ਪਾ ਦੇਖਿਆ ਨਾ, ਜਿਹਨਾਂ ਨੇ ਬਜ਼ੁਰਗਾਂ ਨਾਲ ਬਹਿ ਕੀਤੀ ਆ ਉਹਨਾਂ ਨੂੰ ਪਤਾ। ਅਸੀਂ ਵੀ ਨਹੀਂ ਸੀ ਬਹਿੰਦੇ ਹੁੰਦੇ ਜਦੋਂ ਪੜ੍ਹਦੇ ਸੀ, ਸਾਨੂੰ ਬਾਅਦ 'ਚ ਕਦਰਾਂ ਦਾ ਪਤਾ ਲੱਗਾ, ਬਾਅਦ 'ਚ ਪਤਾ ਲੱਗਦਾ। ਹਾਂ, ਤੇ ਆਹ ਦੇਖ ਲਓ ਦੋਸਤੋ ਵੀ ਨੱਕ ਨਕਸ਼ਾ ਪੂਰਾ ਉਹਦਾ ਉਹਨਾਂ ਗੁਜਰਾਂ ਵਾਲਾ ਹੀ ਆ, ਅੱਜ ਤੋਂ ਜਿਹੜੇ ਪੁਰਾਣੇ ਗੁਜਰ ਸੀ ਸਾਡੇ। ਤੁਹਾਡਾ ਕੀ ਨਾਂ ਜੀ? ਮੇਰਾ ਨਾਂ ਜੀ ਬਾਬਰ ਹੁਸੈਨ। ਬਾਬਰ ਹੁਸੈਨ ਹੈ ਤੇਰਾ ਨਾਂ? ਵਾਲਦ ਸਾਹਿਬ ਦਾ ਕੀ ਨਾਂ? ਖੁਸ਼ ਮੁਹੰਮਦ। ਦਾਦੇ ਦਾ? ਦਾਦੇ ਨਾਂ ਮੇਹਰਦੀਨ। ਮੇਹਰਦੀਨ, ਆਇਆ ਟਿਪੀਕਲ ਨਾਂ ਜਲੰਧਰ ਦੁਆਬੇ ਦਾ। ਤੇ ਜਲੰਧਰ 'ਚ ਪਿੰਡ ਸੀ ਬਜ਼ੁਰਗਾਂ ਦਾ? ਜੀ, ਫੂਲਪੁਰ ਪਿੰਡ ਸੀ। ਫੂਲਪੁਰ ਪਿੰਡ ਸੀ ਜੀ। ਤੇ ਤੁਹਾਡਾ ਦਾਦਾ ਉਧਰੋਂ ਆਇਆ ਸੀ? ਜੀ, ਸਾਡਾ ਦਾਦਾ ਵੀ ਉਧਰੋਂ ਆਇਆ ਸੀ, ਸਾਡੇ ਵਾਲਦ ਸਾਹਿਬ ਦੀ ਪੈਦਾਇਸ਼ ਉਧਰ। ਵਾਲਦ ਸਾਹਿਬ ਹੈਗੇ ਆ? ਨਹੀਂ ਜੀ, ਵਾਲਦ ਸਾਹਿਬ ਫੌਤ ਹੋ ਗਏ। ਹਾਂ ਹਾਂ, 97 ਦੇ ਵਿੱਚ ਬੜੇ ਬੜੇ ਹੀਰੇ ਸੀ ਜੀ ਤੁਹਾਡੇ ਬਜ਼ੁਰਗ। ਜਦੋਂ ਬਜ਼ੁਰਗ ਆਏ ਆ ਕੀ ਦੱਸਦੇ ਆ ਬਜ਼ੁਰਗ? ਜਦੋਂ ਉਧਰੋਂ ਆਏ ਆ ਮਾਲ ਨਾਲ ਲਿਆਏ ਸੀ ਜਾਂ ਛੱਡਿਆ? ਨਾਲ ਲੈ ਕੇ ਆਏ ਸੀ, ਬੀਤਲ ਨਸਲ ਲੈ ਕੇ ਆਏ ਸੀ। ਬੀਤਲ, ਬੀਤਲ ਅੰਬਰਸਰੀ ਨਸਲ, ਕਿਆ ਬਾਤ ਹੈ, ਕਿਆ ਬਾਤ। ਅੱਛਾ, ਤੇ ਮਾਲ ਤੇ ਉਸ ਵੇਲੇ ਤੇ ਬੰਦਿਆਂ ਦੇ ਆਉਣਾ ਮੁਸ਼ਕਲ ਸੀਗਾ, ਤੇ ਮਾਲ ਕਿੱਦਾਂ ਲੈ ਆਏ? ਬਸ ਗੱਲ ਹੈ ਕਿ ਜਿਵੇਂ ਹੁਣ ਅਸੀਂ ਆ ਤੁਰੇ ਫਿਰ ਰਹੇ, ਇਸੇ ਤਰ੍ਹਾਂ ਹੀ ਉਹ ਲੈ ਕੇ ਆਏ ਸੀ। ਉਹਨਾਂ ਨੂੰ ਪਿਆਰ ਮਾਲ ਨਾਲ ਹੀ, ਤੇ ਸਾਨੂੰ ਵੀ ਅੱਗੋਂ ਪਿਆਰ ਮਾਲ ਨਾਲ ਹੀ ਹੋ ਗਿਆ। ਤੇ ਗਾਹ ਸਾਡੀ ਆਉਣ ਵਾਲੀ ਨਸਲ ਦਾ ਦੇਖੋ ਕਿ ਹੁਣ ਕੀ ਕੀ ਹੈ। ਪੜ੍ਹ ਲਿਖ ਗਏ ਮੁੰਡੇ, ਉਹ ਤਾਂ ਨੀ ਹੁਣ ਬੱਕਰੀਆਂ ਵਾਲੇ ਪਾਸੇ ਆਉਂਦੇ ਹੁਣ? ਅਨਪੜ੍ਹ ਨੀ ਆਉਣ ਡੇ, ਅਨਪੜ੍ਹ ਸਵਾਦ ਲੱਗ ਗਿਆ ਸਵਾਦ। ਅੱਛਾ, ਇੱਕ ਤੇ ਆਪਾਂ ਇਹ ਗੱਲ ਕਰਨੀ ਹੈ ਵੀ ਚਲੋ ਮਾਲ ਨਾਲ ਬਜ਼ੁਰਗਾਂ ਨੂੰ ਇਸ਼ਕ ਸਗਾ ਉਹ ਲੈ ਕੇ ਆਏ ਜੀ, ਤੇ ਵਿੱਚੋਂ ਕਈ ਮਾਲ ਜਾਇਆ ਵੀ ਹੋ ਗਿਆ ਹੋਣਾ ਜੀ, ਰਾਹ ਦੇ ਵਿੱਚ ਰਹਿ ਗਿਆ। ਤੇ ਇੱਕ ਤਾਂ ਇਹ ਗੱਲ, ਦੂਜਾ ਤੁਹਾਡੇ ਰਾਗ ਦੇ ਬੜੇ ਸ਼ੌਕੀਨ ਸੀ ਬਜ਼ੁਰਗ। ਹਾਂਜੀ, ਮੈਨੂੰ ਯਾਦ ਆ ਵੀ ਇਹ 2 ਚੱਕ ਨੰਬਰ 297 ਵਕੀਲ ਵਾਲਾ ਜਿਹੜਾ ਤੁਸੀਂ ਕਰੋੜ ਜ਼ਿਲ੍ਹਾ ਲਈਏ ਚ, ਇੱਥੇ ਰਾਗੀ ਆਉਂਦੇ ਰਹੇ। ਕਿਹੜੇ ਕਿਹੜੇ ਰਾਗੀ ਆਉਂਦੇ ਰਹੇ ਇੱਥੇ? ਰਾਗੀ ਆਉਂਦਾ ਰਿਹਾ ਜੀ, ਫਜ਼ਲਦੀਨ ਆਉਂਦਾ ਰਿਹਾ, ਮੀਆਂ ਫਜ਼ਲਾ, ਫਜ਼ਲਾ ਮੀਆਂ ਚੰਨੂ ਤੋਂ, ਬਾਅਦ ਸ਼ਰੀਫ ਆਉਂਦਾ ਰਿਹਾ ਫੈਸਲਾਬਾਦ ਤੋਂ, ਢੁੱਡੀਆਣੇ ਤੋਂ। ਢੁੱਡੀਆਣੇ ਤੋਂ ਸ਼ਰੀਫ ਸਦੀਕ ਦੋਨੇ ਆਏ ਕਿ ਇਕੱਲਾ ਸ਼ਰੀਫ ਆਇਆ? ਨਹੀਂ, ਸ਼ਰੀਫ ਇਕੱਲਾ ਹੀ ਆਇਆ ਸੀ। ਜਿੰਦਾ ਹਜੇ? ਹਾਂਜੀ, ਸ਼ਰੀਫ ਜਿੰਦਾ ਹੈ। ਉਹ ਬਈ ਬੜਾ ਇੰਟਰਨੈਸ਼ਨਲ ਬੰਦਾ ਹੈ, ਕੋਈ ਛੋਟਾ ਬੰਦਾ ਨਹੀਂ ਹੈ ਜੀ, ਬਿਲਕੁਲ। ਸ਼ਰੀਫ ਇੰਡੀਆ ਗਿਆ, ਉਹਦੀਆਂ ਵੀਡੀਓ ਪਈਆਂ। ਹਾਂਜੀ, ਇੰਡੀਆ ਗਿਆ, ਇੰਗਲੈਂਡ ਗਿਆ, ਬੜੇ ਬੜੇ ਮੁਲਕਾਂ 'ਚ ਗਿਆ। ਤੁਹਾਡੇ ਬਜ਼ੁਰਗਾਂ ਨਾਲ ਉਹਨਾਂ ਦਾ ਕੀ ਤਾਲਕ ਸੀਗਾ ਯਾਰ? ਉਦਾਂ ਸ਼ਕੀਨੀ ਦੇ ਵਿੱਚ ਸ਼ੌਕ ਹੀ ਸੀ, ਉਹਨਾਂ ਨੂੰ ਸੁਣਨ ਦਾ ਸ਼ੌਕ ਸੀ, ਉਹਨਾਂ ਨੂੰ ਸੁਣਾਉਣ ਦਾ ਸੀ, ਬਸ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਗਿਆ। ਕਿੰਨੀ ਵਾਰੀ ਕਾਫੀ ਘੱਟ ਗਿਆ ਫਜ਼ਲ ਆਇਆ,
ਤੇ ਸ਼ਰੀਫ ਆਇਆ ਸਾਡੇ ਹੁਣ ਜ਼ਿਆਦਾਤਰ ਬੱਚੇ ਜਿਹੜੇ ਉਹ ਇੱਕੋ ਗੱਲ ਕਹਿਣ ਲੱਗ ਪਏ ਤੁਸੀਂ ਰਾਗੀ ਲਾ ਲੈ ਕਿ ਫੋਤਗੀ ਹੋ ਗਈ ਹੈ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਉਹਨਾਂ ਨੂੰ ਸਮਝ ਨਹੀਂ ਆ ਵੀ ਇਹ ਵੱਡੇ ਕਿੱਡੇ ਕਿੱਡੇ ਵੱਡੇ ਬੰਦੇ ਸੀ ਹਾਂਜੀ ਕਿਉਂਕਿ ਇਹ ਹੁਣ ਅਸੀਂ ਪੜ੍ਹ ਲਏ ਗਏ ਨਾ ਵੀ ਰਾਗੀ ਗੱਲ ਕਰਦਾ ਸੀ ਕਿਤੇ ਜਵਾਨ ਦੀ ਕਰਦਾ ਸੀ ਤੇ ਹੁਣ ਵੇਖ ਲੋ ਗਿਆ ਗਾਣੇ ਜਾਂ ਡਿਸਕੋ ਜਿਹੇ ਬੁੜੀਆਂ ਦੀਆਂ ਡਿਸਕੋ ਜਿਹੇ ਨਿਆਣੇ ਉਹ ਸੂਰਮਿਆਂ ਦੀ ਗੱਲ ਕਰਦੇ ਸੀ ਬੁੜੀਆਂ ਦੀਆਂ ਕਰਦੇ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਨਾ ਭਾਈ ਸਾਨੂੰ ਵੀ ਇਹਨਾਂ ਗੱਲਾਂ ਦੀ ਕਦਰ ਨਹੀਂ ਸੀ ਜਿਹੜਾ ਬੰਦਾ ਥੋੜਾ ਪੜਿਆ ਹੁੰਦਾ ਨਾ ਕੰਮ ਉਹਦਾ ਬਹੁਤਾ ਖਰਾਬ ਹੁੰਦਾ ਜਦੋਂ ਤੁਸੀਂ ਜ਼ਿਆਦਾ ਪੜ੍ਹ ਜਾਓਗੇ ਤਾਂ ਤੁਸੀਂ ਜੁੜ ਜਾਓਗੇ ਆਪਣੇ ਆਪ ਨਾਲ ਜਾਂ ਤੁਸੀਂ ਬਿਲਕੁਲ ਨਹੀਂ ਪੜ੍ਹੋਗੇ ਤਾਂ ਫਿਰ ਤੁਸੀਂ ਜੁੜ ਜਾਓਗੇ ਜਿਹੜਾ ਦਰਮਿਆਨ ਚ ਬੰਦਾ ਹੁੰਦਾ ਨਾ ਇਹ ਹਵਾ ਚ ਲਟਕ ਜਾਂਦਾ ਸਾਨੂੰ ਹੁਣ ਆ ਕੇ ਪਤਾ ਲੱਗਾ ਵੀ ਇਹ ਕਿੱਡੇ ਵੱਡੇ ਬੰਦੇ ਸੀ ਤੇ ਤੁਹਾਡੇ ਬਜ਼ੁਰਗ ਵੀ ਮਾਸ਼ਾਅੱਲਾ ਉਹ ਆਮ ਲੋਕ ਨਹੀਂ ਸੀ ਅਸੀਂ ਮਿਲੇ ਨਹੀਂ ਮੈਂ ਬਹੁਤ ਘੱਟ ਮਿਲਿਆ ਜਿਹੜਾ ਲੇਕਿਨ ਮੈਨੂੰ ਉਹਨਾਂ ਦਾ ਕਦਰ ਦਾ ਪਤਾ ਅੱਛਾ ਇਹ ਇੱਕ ਇੱਕ ਵਾਰੀ ਆਏ ਕਿ ਜ਼ਿਆਦਾ ਵਾਰੀ ਆਏ ਆ ਕੌਣ ਹੈ ਆਪਣਾ ਫਜ਼ਲ ਤਾਂ ਸ਼ਰੀਫ ਇਹ ਸਰ ਸ਼ਰੀਫ ਜਿਹੜਾ ਤਿੰਨ ਚਾਰ ਦਫਾ ਆਇਆ ਤੇ ਫੈਲਾ ਇੱਕੋ ਦਫਾ ਆਇਆ ਅੱਛਾ ਇਹ ਆਪਣੇ 251 ਚੱਕ ਦੇ ਵਿੱਚ ਅੱਛਾ ਇੱਕ ਗੱਲ ਦੱਸੋ ਵੀ ਇਹ ਰਾਗ ਨਾਲ ਇਹਨਾਂ ਨੂੰ ਮੁਹੱਬਤ ਬਹੁਤੀ ਸੀ ਜਾਂ ਪੈਸਿਆਂ ਨਾਲ ਬਹੁਤੀ ਸੀ ਇਹ ਥੋੜਾ ਜਿਹਾ ਸਹੀ ਗੱਲ ਕਰ ਫਜ਼ਲ ਦੀਨ ਨੂੰ ਹੈ ਸੀ ਜ਼ਿਆਦਾਤਰ ਰਾਗ ਆਪਣਾ ਰਾਗ ਸੁਣਾਉਣ ਦੇ ਨਾਲ ਮੁਹੱਬਤ ਸੀ ਮੁਹੱਬਤ ਸੀ ਹਾਂ ਤੇ ਸ਼ੌਕ ਨਾਲ ਗਾਉਂਦਾ ਵੀ ਸੀ ਅੱਛਾ ਤੇ ਜਿਹੜਾ ਸ਼ਰੀਫ ਸੀ ਹਾਂ ਸ਼ਰੀਫ ਦਾ ਉਸਤਾਦ ਸੀ ਸਦੀਕ ਸਦੀਕ ਸੀ ਉਹ ਰਾਈਮ ਬਰਾਦਰੀ ਨਾਲ ਤਲਕ ਸੀ ਹਾਂ ਹਾਂ ਤੇ ਉਹਨਾਂ ਨੂੰ ਜਿਹੜਾ ਸੀ ਸਿਰਫ ਸ਼ੌਕ ਸੀ ਭੇਡਾਂ ਚਾਰਦਿਆਂ ਨੂੰ ਰਾਗ ਦਾ ਕਰਨ ਦਾ ਅੱਛਾ ਠੀਕ ਹੈ ਠੀਕ ਹੈ ਤੇ ਜਿਹੜਾ ਕੋਈ ਸ਼ਰੀਫ ਹੈ ਸ਼ਰੀਫ ਨੇ ਦੇਖੋ ਗੱਲ ਹੈ ਕਿ ਜਦੋਂ ਇੱਕ ਕਾਰੋਬਾਰ ਬੰਦਾ ਕਰ ਲੈਂਦਾ ਉਹਦੇ ਚ ਲਾਲਚ ਵੀ ਪੈਦਾ ਹੋ ਜਾਂਦੀ ਤੇ ਦਿਲਚਸਪੀ ਘੱਟ ਜਾਂਦੀ ਹੈ ਉਹ ਚੀਜ਼ਾਂ ਵਿੱਚ ਆ ਜਾਂਦੀਆਂ ਹਾਂ ਅੱਛਾ 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 ਸ਼ਰੀਫ ਨੂੰ ਫਿਰ ਬਾਹਰ ਵੀ ਜਾਣ ਲੱਗ ਪਿਆ ਨਾ ਫਿਰ ਬੰਦੇ ਨੂੰ ਇਹ ਵੀ ਹੁੰਦਾ ਯਾਰ ਮੈਂ ਜਾਣਾ ਮੇਰਾ ਨਾਂ ਵੀ ਆ ਤੇ ਪੈਸੇ ਨਾ ਹੋਣ ਸਦੀਕ ਦਾ ਤੇ ਸ਼ਰੀਫ ਦਾ ਇੱਕੋ ਚੀਜ਼ ਦਾ ਇਖਤਲਾਫ ਸੀ ਕਿ ਉਹ ਕਹਿੰਦਾ ਸੀ ਕਿ ਸਾਰਾ ਤੂੰ ਰਾਗ ਕੇਸਾਂ ਚ ਵਾੜ ਦਿੱਤਾ ਤੈਨੂੰ ਕਿੰਨੇ ਸੱਦਣਾ ਆਹ ਹਾ 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 ਤੂੰ ਤੇ ਸਾਰੀਆਂ ਕੇਸਾਂ ਭਰ ਦਿੱਤੀਆਂ ਹਰ ਬੰਦੇ ਸੁਣ ਲਿਆ ਹੁਣ ਹਰ ਬੰਦੇ ਦੇ ਜੇਬ ਚ ਮੈਲ ਲਾ ਕੇ ਸੁਣ ਲਿਆ ਸੁਣਦਾ ਸੁਣਦਾ ਤੇ ਸ਼ਰੀਫ ਨੂੰ ਸੱਦਣ ਕਦੀ ਕੋਈ ਨਹੀਂ ਗਿਆ ਅੱਛਾ ਕਿਉਂਕਿ 10 ਰੁਪਏ ਦੀ ਦੁਕਾਨ ਤੋਂ ਮਿਲ ਜਾਂਦਾ ਸ਼ਰੀਫ ਸ਼ਰੀਫ ਦੁਕਾਨ ਜਾ ਰਹੇ ਨੇ ਕੇਸਟ ਮਿਲ ਜਾਂਦਾ ਸ਼ਰੀਫ ਨੂੰ 10,000 ਦੇ ਕੇ ਤੇ ਫੇਰ ਲਿਆਣਾ ਸੀ ਫੇਰ ਲਿਆਣਾ ਸੀ ਦਿਲਚਸਪੀ ਘੱਟ ਗਈ ਤੁਹਾਡੇ ਬਜ਼ੁਰਗ ਇਹਨਾਂ ਦਾ ਮਗਰ ਵੀ ਰਾਗ ਸੁਣ ਜਾਂਦੇ ਰਹੇ ਫਿਰ ਇੱਥੇ ਆਇਆ ਸ਼ਰੀਫ ਜਾਣਾ ਇੱਧਰ ਹਾਂਜੀ ਭਾਈ ਬਿਲਕੁਲ ਜਾਂਦੇ ਰਹੇ ਕਿਹੜੇ ਬਜ਼ੁਰਗਾਂ ਚੋਂ ਕਿਹੜਾ ਬੰਦਾ ਬਹੁਤੇ ਸ਼ਕੀਨ ਸੀ ਦੱਸੋ ਸਾਡੇ ਖੁਸ਼ੀ ਮੁਹੰਮਦ ਸੀ ਇੱਕ ਦੋ ਜੀ ਨਰ ਵਾਲੀਆਂ ਨੂੰ ਕਹਿੰਦੇ ਸੀ ਹਾਂ ਉਹ ਬੰਦਾ ਤੇ ਤਕਰੀਬਨ ਇੱਥੋਂ ਦੇਖੋ ਨਾ ਕਿ ਹੁਣ ਮੁੰਡੇ ਚੌਕ ਰਾਗ ਹੋ ਰਿਹਾ ਹਾਂ ਉਹਨੂੰ ਪਤਾ ਲੱਗ ਗਿਆ ਕਿ ਯਾਰ ਮੁੰਡੇ ਚੌਕ ਸ਼ਰੀਫ ਰਾਗੀ ਨੇ ਆਉਣਾ ਤੇ ਉਹਨੇ ਆਪਣਾ ਮਾਲ ਬੱਚੇ ਸਭ ਕੁਝ ਇੱਥੇ ਛੱਡ ਦੇਣਾ ਤੇ ਸ਼ਾਮੀ ਨਾ ਕਿਰਾਇਆ ਭਾਵੇਂ ਤੁਹਾਡੇ ਕੋਲ ਫੜ ਕੇ ਲੈ ਕੇ ਜਾਵੇ ਨਾ ਜ਼ਰੂਰ ਜਾਣਾ ਸਿਦਕ ਦੀ ਗੱਲ ਹੈ ਇੰਨਾ ਉਹਨੂੰ ਸ਼ੌਕ ਸੀ ਹੋਰ ਹੋਰ ਕਿਹੜਾ ਬੰਦਾ ਤੇ ਹੋਰ ਸਾਡੇ ਆਪਣੇ ਫਜ਼ਲ ਲਾਈ ਗੁੱਜਰ ਸੀ ਨੂਰ ਫਜ਼ਲ ਲਾਈ ਇਹ ਬੜੀ ਸੋਹਣੀ ਪਰਸਨੈਲਿਟੀ ਵਾਲੇ ਬਜ਼ੁਰਗ ਸੀ ਇਹ ਹੈਗੇ ਆ ਨਹੀਂ ਜੀ ਫੋਟੋ ਓਹ ਹੋ ਹੋ ਐਡੇ ਸੋਹਣੇ ਇੱਕ ਬੰਦੇ ਸੀ ਭਾਈ ਛੋਟਾ ਜਿਹੜਾ ਫੈਜ਼ ਮੁਹੰਮਦ ਉਹ ਹੈਗਾ ਹਾਂ ਹਾਂ ਇਹ ਨੂਰ ਲਾਈ ਤੇ ਫੈਜ਼ ਮੁਹੰਮਦ ਵੀ ਉਹ ਜਿਹੜਾ ਦੁੱਧ ਦਾ ਕਾਰੋਬਾਰ ਜਿਹਦੇ ਬੱਚੇ ਉਹ ਹੋਏ ਆ ਇਹ ਇੱਕ ਬਜ਼ੁਰਗ ਦੁੱਧ ਢੋਂਦਾ ਹੁੰਦਾ ਸੀ ਉਹਦੇ ਬੱਚੇ ਫੌਤ ਹੋਇਆ ਹੈ ਤਫੈਲ ਦੀ ਵੀ ਬੜੀ ਸੋਹਣੀ ਪਰਸਨੈਲਿਟੀ ਬਹੁਤ ਸੋਹਣੀ ਅਸੀਂ ਜਦੋਂ ਨਵੇਂ ਨਵੇਂ ਆਇਆ ਤੇ ਸਾਈਕਲ ਤੇ ਆਉਂਦਾ ਹੁੰਦਾ ਸੀ ਦੁੱਧ ਉਦੋਂ ਟਿੱਬਿਆਂ ਦੇ ਵਿੱਚੋਂ ਦੀ ਆਉਣਾ ਉਹਨੇ ਅੱਛਾ ਇਹ ਫਜ਼ਲ ਲਾਈ ਤੇ ਨੂਰ ਲਾਈ ਵੀ ਆਸ਼ਿਕ ਸੀਗੇ ਰਾਗ ਦੇ ਜੀ ਬਿਲਕੁਲ ਹੋਰ ਨਵੀਂ ਪੌਂਚ ਚ ਹੁਣ ਕੋਈ ਹੈਗੇ ਨਵੀਂ ਪੌਂਚ ਚ ਜੀ ਬਿਲਕੁਲ ਇੰਨੀ ਕੀ ਸਮਝ ਸਾਨੂੰ ਰਹਿ ਗਈ ਹੈ ਵੀ ਸ਼ਰੀਫ ਗਾ ਰਿਹਾ ਤੇ ਅਸੀਂ ਉਹ ਤੁਨ ਤੁਨੀ ਸੁਣ ਰਹੇ ਆ ਨਹੀਂ ਤੁਹਾਨੂੰ ਤਾਂ ਕੁਝ ਪਤਾ ਹੋਣਾ ਪਿਛਲੀ ਗੱਲ ਦਾ ਬੱਚਿਆਂ ਨੂੰ ਬਹੁਤ ਘੱਟ ਹੈ ਵੀ ਇਹ ਸਟੋਰੀ ਕਿਹੜੀ ਚੱਲ ਰਹੀ ਹੈ ਦੁੱਲਾ ਮਿਰਜ਼ਾ ਹੀਰ ਮਜਨੂੰ ਹੈ ਹੀਰ ਰਾਂਝਾ ਹਾਂ ਹਾਂ ਇਹ ਪੰਜਾਬ ਦੀ ਸਕਾਫਤ ਅਸਲ ਤਾਂ ਇਹੀ ਸੀ ਨਾ ਅਸਲ ਸੀ ਦੋ ਇਹ ਹਿੰਦੁਸਤਾਨ ਵਾਲੇ ਪੰਜਾਬ ਚ ਵੀ ਮੰਨਿਆ ਜਾਂਦੀਆਂ ਚੀਜ਼ਾਂ ਇੱਧਰ ਵੀ ਮੰਨਿਆ ਜਾਂਦੀਆਂ ਹਾਲੇ ਤਾਂ ਦੇਖੋ ਹੁਣ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਜ਼ਿਆਦਾ ਇਹਨੂੰ ਅੱਜ ਵੀ ਮੰਨਦੇ ਇੱਥੇ ਸਾਡੇ ਘੱਟ ਮੰਨਦੇ ਉਹਦੀ ਕੀ ਵਜ੍ਹਾ ਤੇਰੇ ਖਿਆਲ ਚ ਵਜ੍ਹਾ ਬਾਤ ਇਸੇ ਤਰ੍ਹਾਂ ਕਿ ਸਾਡੇ ਪਾਕਿਸਤਾਨ ਦੀ ਮਸਰੂਫੀਅਤ ਜ਼ਿਆਦਾ ਵੱਧ ਗਈ ਹੈ
ਇਹਨਾਂ ਚੀਜ਼ਾਂ ਤੋਂ ਹਰ ਬੰਦਾ ਹੀ ਔਖਾ ਹੋ ਗਿਆ। ਦੂਆ ਉਰਦੂ ਉਰਦੂ ਬਹੁਤੀ ਹੋ ਗਈ, ਉਰਦੂ ਅੰਗਰੇਜ਼ੀ ਆ ਗਈ, ਹਾਂਜੀ ਤਿੰਨ ਮਹੀਨੇ ਜ਼ਿਆਦਾ ਹੋ ਗਈ ਹੈ। ਤੇ ਬਾਕੀ ਪੰਜਾਬੀ ਜਿਹੜਾ ਉਹ ਆਪਣੇ ਆਪ ਨੂੰ ਭੁੱਲ ਗਿਆ ਪਿੱਛੇ ਰਹਿ ਗਿਆ ਕਿ ਮੈਂ ਕੀ ਸੀਗਾ ਤੇ ਇੱਥੇ ਆ ਕੇ ਮੇਰਾ ਕੀ ਹੋ ਗਿਆ, ਮੇਰਾ ਪਿਛੋਕੜ ਕੀ ਸੀ, ਪਿਛੋਕੜ ਭੁੱਲ ਗਿਆ, ਔਰ ਆਪਣੀਆਂ ਜੜਾਂ ਨਾਲ ਜੁੜੇ ਨੀ ਰਹੇ। ਹਾਂਜੀ ਉਹ ਸਰ ਤੁਸੀਂ ਅੱਗੇ ਵੀ ਉਹ ਐਸੀ ਚੀਜ਼ ਦਾ ਉਹ ਦੱਸਿਆ ਕਿ ਜਿਹੜਾ ਨਾ ਕਿ ਬਹੁਤਾ ਪੜ ਗਿਆ ਉਹ ਵੀ ਆਪਣੇ ਆਪ ਨਾਲ ਜੁੜ ਗਿਆ ਤੇ ਜਿਹੜਾ ਬਹੁਤ ਹੀ ਬਿਲਕੁਲ ਘੱਟ ਪੜ ਗਿਆ ਜਾਂ ਪੜਿਆ ਹੀ ਨਹੀਂ ਉਹ ਵੀ ਜੁੜ ਗਿਆ ਤੇ ਜਿਹੜਾ ਵਿੱਚ ਉਹ ਬਸ ਐਵੇਂ ਝੋਲੇ ਉਹ ਦਰਮਿਆਨ ਚ ਲਟਕ ਜਾਂਦਾ, ਉਹਨੂੰ ਨਾ ਇਹ ਮਾਰ ਜਾਂਦੀ ਸ਼ਾਇਦ ਵੀ ਉਹ ਮੈਂ ਤਾਂ ਪੜਿਆ ਆ। ਕੁੜੀ ਅੱਠ ਜਮਾਤਾਂ ਪੜ ਜਾਂਦੀ ਨਾ ਉਹ ਨਿਆਣਿਆਂ ਦੇ ਕੋਈ ਪੰਜਾਬੀ ਚ ਗੱਲ ਕਰੇਗਾ ਨਾ ਤੇ ਚੰਡ ਮਾਰੇਗੀ ਨਾਲੇ ਕਹੇਗੀ ਉਰਦੂ ਮੈਂ ਗੱਲ ਕਰੋ, ਆਪ ਨੂੰ ਆਉਂਦੀ ਨੀ ਹੁੰਦੀ ਉਰਦੂ, ਹੈ ਸਮਝ ਨੀ ਆ ਰਹੀ। ਆਹੋ ਐਸੇ ਗੱਲ ਤੋਂ ਆ ਕੇ ਭੁੱਲ ਗਏ ਨੇ ਵੀ ਪਿੱਛੇ ਅਸੀਂ ਕੀ ਸੀ। ਹਾਂ ਪਿੱਛੇ ਖਾਲਸ ਸੀ ਹਰਸ਼ ਹੈ, ਖਲੂਸ ਵੀ ਸੀਗਾ, ਗੱਲਾਂ ਖਾਲਸ ਸੀ। ਲੋ ਬਹੁਤ ਸੋਹਣੀਆਂ ਤੁਹਾਡੇ ਨਾਲ ਗੱਲਾਂ ਹੋਈਆਂ ਜੀ, ਜੀਂਦੇ ਵਸਦੇ ਰਹੋ, ਅੱਲਾ ਖੁਸ਼ ਰੱਖੇ, ਤੁਸੀਂ ਆਏ ਇਸ ਬਹਾਨੇ ਸਾਡੀ ਵੀ ਚੰਗਾ ਵਿਰਸ਼ਾਦ। ਓਕੇ ਲੋ ਜੀ ਇਹ ਜਾ ਰਹੇ ਆ ਜੀ ਜਵਾਨ, ਹੁਣ ਨਾਲ ਦੇ ਪਿੰਡ ਇਹਨਾਂ ਨੇ ਜਾਣਾ ਵਕੀਲ ਵਾਲਾ ਜਿੱਥੇ ਕਾਦੀਵਾਲ ਵਾਲੇ ਸੰਮੀਪੁਰ ਵਾਲੇ ਅਵਾਣ ਬੈਠੇ ਆ ਨਾ ਜੀ, ਇਹ ਉਹਨਾਂ ਦੇ ਪਿੰਡ ਚੌਰੀ ਰਹਿਮਤ ਅਲੀ ਅਲਵੀ ਦੇ ਪਿੰਡ ਦੇ ਆ, ਉਹ ਅਵਾਣਾਂ ਦੇ ਪਿੰਡ ਦੇ ਵਿੱਚ ਗੁਜਰਾਂ ਦੇ ਚੰਗੇ ਘਰ ਆ ਤੇ ਆਪਣੇ ਰੰਗ 'ਚ ਜੀਂਦੇ ਆ ਇਹ ਆਪਣੇ ਰੰਗ 'ਚ ਜੀਂਦੇ। ਫਤਿਹਪੁਰ 'ਚ ਵੀ ਬੈਠੇ ਆ ਬੱਕਰੀਆਂ ਚਾਰਨ ਵਾਲੇ ਗੁਜਰ ਅਤੇ ਹਜੇ ਤੱਕ ਉਹਨਾਂ 'ਚੋਂ ਕਈ ਬੰਦੇ ਇੱਦਾਂ ਹੀ ਲੱਗਦਾ ਵੀ 100 ਸਾਲ ਪਹਿਲੇ ਕਿਤੇ ਹੁਸ਼ਿਆਰਪੁਰ ਜਲੰਧਰ ਜਾਂ ਊਨੇ ਦੇ ਮੈਦਾਨਾਂ 'ਚ ਜਾਂ ਪਹਾੜੀਆਂ ਦੇ ਵਿੱਚ ਨਾ ਆਪਣਾ ਮਾਲ ਲੈ ਕੇ ਜਾ ਰਹੇ, ਹਜੇ ਤੱਕ ਉਹਨਾਂ ਦੀ ਰਹਿਤ ਬਹਿਤ ਇਸ ਤਰ੍ਹਾਂ ਦੀ ਹੈ। ਲੋ ਅੱਗੇ ਉਹਨਾਂ ਨੇ ਪੁਲੀ ਚੜ੍ਹ ਜਾਣਾ, ਪੁਲੀ ਚੜ੍ਹ ਕੇ ਹੁਣ ਦੇਖਦੇ ਹਾਂ ਵੀ ਇਹ ਕਿਹੜੇ ਪਾਸੇ ਨੂੰ ਰੁੱਖ ਕਰਦੇ, ਚੜ੍ਹਦੇ ਜਾਂਦੇ ਜਾਂ ਲੈਂਦੇ ਜਾਂਦੇ। ਪਿੰਡ ਇਹਨਾਂ ਦਾ ਉੱਦਾਂ ਸਾਹਮਣੇ ਹੀ ਆ ਵੀ ਸਾਹਮਣੇ ਨੂੰ ਸੜਕ ਹੈ ਨਹੀਂ। ਵਾਹ ਬੱਕਰੀਆਂ ਬਈ ਚੜ੍ਹਦੀਆਂ ਤਾਂ ਚੜ੍ਹਦੀਆਂ, ਇਹ ਮਾਲ ਥੋੜ੍ਹਾ ਹੈ, ਫਤਿਹਪੁਰ ਵਾਲਿਆਂ ਕੋਲ ਬਹੁਤ ਮਾਲ ਹੈ ਔਰ ਉਹ ਮੇਨ ਬਾਜ਼ਾਰ ਫਤਿਹਪੁਰ ਜਿਹੜਾ ਲੰਬਾ ਬਾਜ਼ਾਰ ਹੈ ਉਹਦੇ ਵਿੱਚ ਦੀ ਮਾਲ ਲੈ ਕੇ ਜਾਂਦੇ ਆ ਅਤੇ ਨਾ ਕਦੀ ਕਿਸੇ ਨੇ ਉਹਨਾਂ ਨੂੰ ਕਿਹਾ ਵੀ ਭਾਈ ਬੱਕਰੀਆਂ ਲੈ ਕੇ ਕਿਉਂ, ਸਾਫ਼ ਸੁਥਰੇ ਬਾਜ਼ਾਰ ਦੇ ਵਿੱਚੋਂ ਦੀ ਵੀ ਚੱਲ ਜਾਂਦੇ, ਲੋਕਾਂ ਨੂੰ ਵੀ ਥੋੜ੍ਹਾ ਜਿਹਾ ਨਾ ਇਸ ਗੱਲ ਨਾਲ ਹੈਗਾ, ਕੋਈ ਨਹੀਂ ਐਡੀ ਹੈ। ਇਹ ਹੈ ਜੀ ਸੂਰਤ ਹਾਲ ਦੋਸਤੋ, ਇਜਾਜ਼ਤਾਂ, ਰੱਬ ਰੱਖ।